ਜੀ ਪਿਛਲੇ 1.5-2 ਮਹੀਨੇ ਤੇ ਕਲਸ਼ ਚੈਨਲ ਤੇ ਰਾਮ ਸੀਆ ਕੇ ਲਵ ਕੁਛ ਇੱਕ ਨਾਟਕ ਸੀਰੀਅਲ ਚੱਲ ਰਿਹਾ ਜੀ, ਜਿਹੜਾ ਜੀ ਭਗਵਾਨ ਵਾਲਮੀਕੀ ਮਹਾਰਾਜ ਦੀ ਰਮਾਇਣ ਤੇ ਸਮਰਪਿਤ ਹੈ। ਵੀ ਉਹ ਦਿਖਾ ਰਹੇ ਵੀ ਰਮਾਇਣ ਦੇ ਵਿੱਚ ਕੀ ਹੋਇਆ, ਪਰ ਜੋ ਰਮਾਇਣ ਦੇ ਵਿੱਚ ਅਸਲ ਹੈ ਜੀ ਉਹ ਦਿਖਾਇਆ ਨਹੀਂ ਜਾ ਰਿਹਾ। ਉਹਦੇ ਵਿੱਚ ਨਾ ਜੋ ਵਾਲਮੀਕੀ ਮਹਾਰਾਜ ਦੇ ਰਮਾਇਣ ਅਤੇ ਉਹਨਾਂ ਦੇ ਅਕਸ਼ ਨੂੰ ਤਰੋੜ ਮਰੋੜ ਕੇ ਪੇਸ਼ ਕਰਿਆ ਜਾ ਰਿਹਾ, ਜੋ ਵਾਲਮੀਕੀ ਭਾਈਚਾਰੇ 'ਤੇ ਬਹੁਤ ਹੀ ਵੱਡਾ ਸਾਡੇ ਮਨਾਂ ਨੂੰ ਠੇਸ ਪਹੁੰਚੀ ਹੈ, ਅਤੇ ਅਸੀਂ ਕਦੇ ਕਬੂਲ ਨਹੀਂ ਕਰਾਂਗੇ ਵੀ ਜੇ ਸਾਡੇ ਵਾਲਮੀਕੀ ਮਹਾਰਾਜ ਜਾਂ ਸਾਡੀ ਰਮਾਇਣ ਨਾਲ ਜੇ ਕਿਸੇ ਨੇ ਛੇੜਛਾੜ ਕੀਤੀ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਧਰਨੇ 'ਚ ਕੋਈ ਬੰਦੀ ਨਹੀਂ ਲੱਗੀ ਜੀ। ਇਹ ਜਿਹੜੇ ਸਾਡੇ ਕੁਛ ਸਮਾਜ ਦੇ ਸਾਡੇ ਵਾਲਮੀਕੀ ਆਗੂ ਜਿਹੜੇ ਲੀਡਰ ਨੇ, ਜਿਹੜੇ ਕੁਛ ਬਕਾਊ ਨੇ ਜੀ, ਇਹ ਸਾਡਾ ਸਮਾਜ ਗੁਲਾਮ ਨਹੀਂ ਹੁੰਦਾ ਜੀ। ਹੁਣ ਸਾਡੇ MP MLA ਬੈਠੇ ਨੇ ਜੀ, ਸੈਂਸਰ ਬੋਰਡ 'ਚ ਬੰਦੇ ਬੈਠੇ ਨੇ, ਜੇ ਉਹੀ ਬੰਦੇ ਗੌਰ ਕਰ ਲੈਂਦੇ ਤਾਂ ਇਹ ਨਾਟਕ ਜੀ TV 'ਤੇ ਚੱਲਦੇ ਹੀ ਨਹੀਂ ਸੀ। ਉਹ ਸਾਡੇ ਕੁਛ ਜਿਹੜੇ ਗੱਦਾਰ ਨੇ ਕੌਮ ਦੇ, ਉਹ ਬੰਦਿਆਂ ਨੇ ਝੂਠਾ ਮੈਸੇਜ ਪਾਇਆ ਸੀ, ਵਾਇਰਲ ਕਰਿਆ ਸੀ, ਪਰ ਰਾਤ ਉਹਨਾਂ ਨੇ 8 ਵਜੇ ਦੁਬਾਰੇ ਵਾਇਰਲ ਫਿਰ ਵੀਡੀਓ ਪਾਈ ਸੀ ਵੀ ਜੀ ਸਾਨੂੰ ਪ੍ਰਸ਼ਾਸਨ ਨੇ ਕਹਿਤਾ, ਉਹ ਕਹਿਤਾ, ਸਾਨੂੰ ਯਕੀਨ ਦਵਾਤਾ, ਐਂ ਕਰਤਾ, ਪਰ ਉਹਨਾਂ ਦਾ ਕੋਈ ਵੀ, ਉਹ ਸਭ ਫੇਲ ਗੱਲਾਂ ਸੀ ਜੀ, ਫੇਕ ਗੱਲਾਂ ਨੇ। ਉਹ ਸਿਰਫ ਇਹ ਕੀ ਕਹਿੰਦੇ ਸੀ ਵੀ ਪੰਜਾਬ ਬਣਦੇ ਪੂਰੀ ਤਰ੍ਹਾਂ ਕਾਮਯਾਬ ਨਾ ਹੋਵੇ ਵੀ ਵਾਲਮੀਕੀ ਸਮਾਜ ਇਕੱਠਾ ਨਾ ਹੋ ਸਕੇ। ਧਰਨੇ ਦਾ ਜੀ ਜਿੰਨੇ ਵੀ ਸਾਡੇ ਵਪਾਰ ਮੰਡਲ ਦੇ ਸਾਡੇ ਉਰੇ ਜਥੇਬੰਦੀਆਂ ਨੇ, ਸਾਰਿਆਂ ਨੇ ਸਾਨੂੰ ਫੁੱਲ ਸਹਿਯੋਗ ਦਿੱਤਾ ਜੀ, ਸਾਰਾ ਸਾਡਾ ਜਿਹੜਾ ਧੂਰੀ ਹੈ ਇੱਕੇ ਦਾ ਸਬੂਤ ਦਿੱਤਾ ਜੀ। ਬਾਜ਼ਾਰ ਉਹਨਾਂ ਨੇ ਆਪ ਬੰਦ ਕਰਾਇਆ ਜੀ, ਅਸੀਂ ਨਾਲ ਗਏ ਹਾਂ, ਅਤੇ ਪੂਰਾ ਬਾਜ਼ਾਰ ਅਤੇ ਪੂਰਾ ਸ਼ਹਿਰ ਬੰਦ ਹੈ, ਪੂਰਾ ਸਾਨੂੰ ਪ੍ਰਸ਼ਾਸਨ ਵੀ ਸਹਿਯੋਗ ਦੇ ਰਹੀ ਹੈ। ਪਰ ਅਸੀਂ ਇੱਕ ਬੇਨਤੀ ਕਰ ਰਹੇ ਹਾਂ, ਅੱਜ ਅਸੀਂ ਇੱਕ ਰਾਸ਼ਟਰਪਤੀ ਨਾਂ 'ਤੇ ਮੰਗ ਪੱਤਰ ਦੇਣਾ ਵੀ ਜਿਹੜਾ ਇਹ ਚੀਜ਼ਾਂ ਨੇ ਜੀ, ਸਰਕਾਰਾਂ ਨੂੰ ਇਸ 'ਤੇ ਕੋਈ ਸਿਸਟਮ ਬਣਾਉਣਾ ਚਾਹੀਦਾ, ਕੋਈ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਵੀ ਕਿਸੇ ਧਰਮ ਨਾਲ ਚੀਜ਼ ਜੁੜੀ ਹੋਈ ਹੈ ਉਸ ਧਰਮ ਦਾ ਉਸ ਵਿੱਚ ਬੰਦਾ ਹੋਵੇ। ਪਹਿਲਾਂ ਉਹ ਚੀਜ਼ ਉਹ ਧਰਮ ਵਾਲੇ ਬੰਦੇ ਸੈਂਸਰ ਬੋਰਡ 'ਚੋਂ ਚੈੱਕ ਕਰਨ, ਫਿਰ ਉਹ ਸੀਰੀਅਲ ਅੱਗੇ ਕੋਈ ਵੀ ਫਿਲਮ ਹੈ ਫਿਰ ਅੱਗੇ ਚੱਲੇ। ਅਗਲਾ ਐਕਸ਼ਨ ਹੈ ਜੀ, ਜੇ ਸਾਡਾ ਇਹ ਅੱਜ ਬੰਦ ਹੈ ਜੀ, ਸਾਡੇ ਇਹੀ ਅਪੀਲ ਹੈ ਵੀ ਇੱਕ ਤਾਂ ਉਹ ਚੈਨਲ ਬੰਦ ਹੋਣਾ ਚਾਹੀਦਾ, 126 ਦੇਸ਼ਾਂ 'ਚ ਚੱਲਦਾ, ਡਿਸ਼ਾਂ 'ਤੇ ਬੰਦ ਹੋਣਾ ਚਾਹੀਦਾ, ਯੂਟਿਊਬ 'ਤੇ ਬੰਦ ਹੋਣਾ ਚਾਹੀਦਾ। ਰਮਾਇਣ ਨੂੰ ਤਰੋੜ ਮੋੜ ਕੇ ਪੇਸ਼ ਕਰ ਰਹੇ ਨੇ, ਉਹ ਕਿਉਂ ਜੀ? ਉਹ TRP ਲੈਣ 'ਚ, ਪੈਸੇ ਕਮਾਉਣ ਦੇ ਚੱਕਰ 'ਚ। ਅਤੇ ਜੇ ਨਾ ਇਹਨਾਂ ਨੇ ਇਸ 'ਤੇ ਕੋਈ ਕਾਰਵਾਈ ਕਰੀ, ਨਾ ਉਹ ਬੰਦਿਆਂ ਨੂੰ ਅਰੈਸਟ ਕਰਿਆ, ਤਾਂ ਇਦੋਂ ਵੱਡਾ ਸਿਸਟਮ ਲਿਗਿਆ ਜਾਊਗਾ। ਅਤੇ ਅਸੀਂ ਸਾਰੀ ਜਥੇਬੰਦੀਆਂ ਰਲ ਕੇ, ਜਿੰਨੇ ਵੀ ਸਾਡੇ ਭਾਈਚਾਰਾ ਸਾਡੇ ਨਾਲ ਜੁੜਿਆ ਹੋਇਆ, ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਫਿਰ ਇਹਦਾ ਵੱਡਾ ਲਿਖਾਂਗੇ, ਅਤੇ ਇਹਦਾ ਖਾਮਿਆਜ਼ਾ ਸਰਕਾਰਾਂ ਨੂੰ ਭੁਗਤਣਾ ਪਊਗਾ। ਦੇਸ਼ ਵਿਦੇਸ਼ TV ਕੇ ਲਈ ਧੁਰੀ ਸੇ ਰਣਜੀਤ ਭਸੀਨ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।